ਧੂਰੀ ਪੁਲਿਸ ਵੱਲੋਂ ਸੰਗਰੂਰ ਯੂਥ ਕਾਂਗਰਸ ਦੇ ਪ੍ਰਧਾਨ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸਿਮਰਨ ਮਹੰਤ ਦੀ ਸ਼ਿਕਾਇਤ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ। ਬੀਓਆਈ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਇਨਕੁਆਇਰੀ ਕੀਤੀ ਗਈ ਹੈ ਜੀ। ਉਹਦੇ ਆਧਾਰ 'ਤੇ ਐੱਫ ਆਈ ਆਰ ਨੰਬਰ 202 ਅੰਡਰ ਸੈਕਸ਼ਨ 377 420 406 ਅਗੇਂਸਟ ਬਲਵਿੰਦਰ ਕੁਮਾਰ ਏਲੀਅਸ ਮਿੱਠੂ ਲੱਡਾ, ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ ਹੈ। ਇਹਨਾਂ ਦਾ ਕਾਫ਼ੀ ਟਾਈਮ ਤੋਂ ਇਨਕੁਆਇਰੀ ਚੱਲ ਰਹੀ ਸੀਗੀ। ਜੋ ਸਿਮਰਨ ਨੇ, ਸਿਮਰਨ ਮਹੰਤ ਪਟਿਆਲੇ ਦੇ ਰਹਿਣ ਵਾਲੇ, ਉਹਨਾਂ ਵੱਲੋਂ ਮੁਕੱਦਮਾ ਦਰਜ ਕਰਾਇਆ। ਕੋਈ ਇਹਨਾਂ ਦੀ ਸ਼ਾਦੀ ਵਗੈਰਾ ਹੋਈ ਸੀ ਪਹਿਲਾਂ ਜਾਂ ਕੀ? ਮੈਂ ਪੂਰਾ ਮਾਮਲਾ ਹੈ ਕੀ ਜੀ, ਡਿਟੇਲ ਦੇ ਵਿੱਚ ਦੇਖਿਆ ਜਾਵੇ ਇਸਨੂੰ? ਇਹਨਾਂ ਦਾ ਆਪਸ ਵਿੱਚ ਵਿਆਹ ਹੋਇਆ ਸੀਗਾ ਜੀ, ਉਦੋਂ ਬਾਅਦ ਇਹਨਾਂ ਦਾ ਕੋਈ ਡਿਸਪਿਊਟ ਪੈ ਗਿਆ ਜੀ। ਉਹਦੇ ਵਿੱਚ ਪੈਸਿਆਂ ਦਾ ਲੈਣ ਦੇਣ, ਔਰਨਾਮੈਂਟਸ ਦਾ, ਗੋਲਡ ਔਰਨਾਮੈਂਟਸ ਦਾ, ਅਤੇ ਉਹਦੇ ਸੰਬੰਧ ਦੇ ਵਿੱਚ ਇਹਨਾਂ ਵੱਲੋਂ ਪਹਿਲਾਂ ਵੀ ਦਰਖਾਸਤਾਂ ਚੱਲਦੀਆਂ ਸੀਗੀਆਂ ਜੀ, ਉਹ ਸਾਰੀਆਂ ਸ਼ਿਫਟ ਹੋ ਕੇ BOI 'ਤੇ ਚੱਲਣ ਲੱਗੀਆਂ ਜੀ। ਇਹੀ ਮੈਟਰ ਆ, ਉਹਦੇ ਆਧਾਰ 'ਤੇ FIR ਦਰਜ ਹੋਈ ਹੈ। ਚੀਟਿੰਗ ਅਬਲੀਕ ਫਰੋਡ ਵਾ। ਕਿਸੇ ਪੋਲੀਟੀਕਲ ਪਾਰਟੀ ਨਾਲ ਵੀ ਸੰਬੰਧ ਰੱਖਦੇ ਨੇ? 2-3 ਮਹੀਨੇ ਪਹਿਲਾਂ ਪਤਾ ਲੱਗਿਆ ਸੀ ਇਹਨਾਂ ਨੂੰ, ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦਾ ਲੱਗ ਗਿਆ ਸੀ ਸੰਗਰੂਰ ਜ਼ਿਲ੍ਹੇ ਦਾ ਯੂਥ ਦਾ। ਕੋਈ ਇਹਦਾ ਰਿਮਾਂਡ ਲਿਆ ਜੀ, ਪੁਲਿਸ ਪੇਸ਼ ਕਰਤਾ ਜਲਦ? ਇਹਨਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਜੀ। ਉਹ ਡਿਊਰਿੰਗ ਇਨਵੈਸਟੀਗੇਸ਼ਨ ਜੋ ਸਾਹਮਣੇ ਆਊਗਾ ਤੁਹਾਨੂੰ ਅੱਗੇ ਦੱਸ।